अगली खबर चीन तो आ। तुसी बिटकॉइन जां जिहड़ी क्रिप्टोकरंसीज़ ने होर तरह दीआं इहदा नां जरूर सुणिया होऊगा। ये ऑनलाइन कोई वर्चुअल करंसीज़ ने, जिस तरह अमेरिकन डॉलर आ, जिस तरह कनेडियन डॉलर आ, इस तरह कोई भी असली करंसी नहीं है, पर ऑनलाइन खरीदो फरोखत दे लई इहनूं इस क्रिप्टोकरंसी नूं वरत्या जांदा। बिटकॉइनस नूं जां होर जिहड़ियां वी इहदीआं किस्मां हैगीआं, कदे कहिंदे इहदे रेट वध जांदे आ, कदे रेट घट जांदे आ, पर की इह हवा दे विच ही असल दे विच हुंदीआं वी आ, इस मामले बारे भी हजे चंगी तरह नहीं पता। पर चीन ने डिकलेयर कर दिता कि जिहड़ियां भी ट्रांजैक्शन इस डिजिटल करंसी नूं इनवॉल्व करनी आ उह इलीगल ने। चीन ने बहुत पहलां तो इस चीज़ नूं मानता नहीं दित्ती किसी भी क्रिप्टोकरंसी नूं, किसी भी वर्चुअल करंसी नूं जिहड़ी असल दे विच किते एग्जिस्ट करदी आ कि नहीं करदी इहदे बारे शक आ। उन्होंने कहा कि जिहड़ियां ट्रांजैक्शनस, जिहड़ा लैण देण इस करंसी दे थ्रू होऊगा उह इलीगल होऊगा। चाइना दी सेंट्रल बैंक द पीपल्स बैंक ऑफ चाइना, उन्होंने एक स्टेटमेंट जारी की आ अज शुक्रवार के दिन कि वर्चुअल करंसीज़ साड़ी सारी इकोनमी नूं, साड़े अर्थचारे दे विच डिस्टर्प्ट कर रहा, तो मनी लॉन्डरिंग दे नाल इहदा संबंध आ, सीधे पैसे का लैण देण इस करंसी के थ्रू किया जाता, फ्रॉड किए जाते हैं, तो होर जिहड़ियां इलेक्ट एक्टिविटीज़ आ वो इहदे थ्रू कीतियां जांदियां। इस करके असी कोई भी ट्रांजैक्शन जिहदे विच क्रिप्टोकरंसी इनवॉल्व हुंदी आ, ਇਹ ਵਰਚੁਅਲ ਕਰੰਸੀ, ਇਹ ਨਕਲੀ ਇੱਕ ਹਵਾਈ ਜਿਹੜਾ ਪੈਸਾ ਆ ਇਨਵੋਲਵ ਹੁੰਦਾ ਆ, ਉਹ ਸਾਰੇ ਨੂੰ ਅਸੀਂ ਗੈਰ ਕਾਨੂੰਨੀ ਕਹਿੰਦੇ ਹਾਂ। ਜਿਹੜੇ ਚਾਈਨਾ ਦੀਆਂ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨੇ ਉਹ ਪਹਿਲਾਂ ਹੀ ਇਸ ਚੀਜ਼ ਨੂੰ ਬੈਨ ਕਰ ਚੁੱਕੀਆਂ ਕ੍ਰਿਪਟੋਕਰੰਸੀ ਦੇ ਨਾਲ ਬਿਜ਼ਨਸ ਕਰਨ ਨੂੰ। ਨਵੀਂ ਸਟੇਟਮੈਂਟ ਦੇ ਵਿੱਚ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਉਹਨਾਂ ਦੇ ਵਿੱਚ ਇਸ ਕਰੰਸੀ ਦਾ ਕੋਈ ਵੀ ਸੇਮ ਸਟੇਟਸ ਨਹੀਂ ਆ, ਇਸ ਕਰੰਸੀ ਨੂੰ ਮਾਰਕੀਟ ਪਲੇਸ ਦੇ ਵਿੱਚ ਨਹੀਂ ਯੂਜ਼ ਕੀਤਾ ਜਾ ਸਕਦਾ। ਕਿਹਾ ਜਾ ਰਿਹਾ ਕਿ ਬਿਟਕੋਇਨ ਡ੍ਰੌਪ ਹੋਇਆ 8% ਇਸ ਨਿਊਜ਼ ਤੋਂ ਬਾਅਦ, ਅਤੇ ਜਿਹੜੇ ਸ਼ੁਰੂ ਦੇ ਨੁਕਸਾਨ ਆ ਉਹ ਵੱਖਰੇ ਵੱਖਰੇ ਤਰੀਕੇ ਨਾਲ ਦੱਸੇ ਜਾ ਰਹੇ ਆ। ਇਸੇ ਤਰ੍ਹਾਂ ਤੁਹਾਨੂੰ ਪਤਾ ਹੋਊਗਾ, ਥੋੜ੍ਹੇ ਦਿਨ ਪਹਿਲਾਂ ਚੀਨ ਦੇ ਵਿੱਚ ਇੱਕ ਵੱਡੀ ਕੰਪਨੀ ਡੁੱਬਦੀ ਆ, ਵੱਡੀ ਕੰਪਨੀ ਜਾਂਦੀ ਆ, ਅਤੇ ਉਹਦਾ ਅਸਰ ਅਮਰੀਕਾ ਦੀ ਇਕਨੋਮੀ ਦੇ ਉੱਤੇ ਵੀ ਪੈਂਦਾ, ਉੱਥੇ ਵੀ ਸ਼ੇਅਰ ਦਾ ਪ੍ਰਾਈਸ, ਬੌਂਡ ਦਾ ਪ੍ਰਾਈਸ ਡਿੱਗ ਜਾਂਦਾ ਇਹਦੇ ਕਰਕੇ। ਅਤੇ ਜੇ ਹੁਣ ਚੀਨ ਇਹ ਗੱਲ ਕਹਿ ਰਿਹਾ ਹੈ ਕਿ ਉਹ ਸਾਰੀ ਕ੍ਰਿਪਟੋਕਰੰਸੀ ਜਾਂ ਵਰਚੁਅਲ ਕਰੰਸੀ ਦੇ ਵਿੱਚ ਹੋਈਆਂ ਟ੍ਰਾਂਜੈਕਸ਼ਨਸ ਨੂੰ ਇਲੀਗਲ ਕਹਿ ਰਿਹਾ, ਤਾਂ ਇਹਦਾ ਅਸਰ ਵੀ ਦੁਨੀਆ ਦੀ ਇਕਨੋਮੀ ਦੇ ਉੱਤੇ ਪੈਣਾ ਸੁਭਾਵਿਕ ਆ। ਪਿਛਲੇ ਸਮੇਂ ਦੇ ਵਿੱਚ ਕੁਛ ਸਮਾਂ ਗੱਲਬਾਤ ਕੀਤੀ ਗਈ ਸੀ ਕਿ ਕਾਫੀ ਵੱਧ ਗਈ ਆ ਇਹ, ਅਤੇ ਫਿਰ ਪਰ ਇਹਨੂੰ ਇਲੀਗਲ ਗਲਤ ਕੰਮਾਂ ਦੇ ਲਈ ਇਸ ਕਰੰਸੀ ਨੂੰ ਵਰਤਿਆ ਜਾਂਦਾ, ਵਰਚੁਅਲ ਕਰੰਸੀ ਨੂੰ, ਜਿਹਦੇ ਬਾਰੇ ਅਜੇ ਤੱਕ ਪੂਰੀ ਸਮਝ ਵੀ ਨਹੀਂ ਆ। ਇਹ ਵੀ ਨਹੀਂ ਪਤਾ ਕਿ ਇਹਨੂੰ ਕਿਸ ਤਰ੍ਹਾਂ ਲੈਣ ਦੇਣ ਕਰਦੇ ਆ, ਅਤੇ ਕਿੱਥੇ ਉਹਨੂੰ ਸਹੀ ਮਾਇਨੇ ਦੇ ਵਿੱਚ ਕੈਸ਼ ਕੀਤਾ ਜਾਂਦਾ। ਚੀਨ ਦੁਆਰਾ ਕ੍ਰਿਪਟੋਕਰੰਸੀ ਨੂੰ ਦੁਆਰਾ ਕੀਤੀਆਂ ਗਈਆਂ ਟ੍ਰਾਂਜੈਕਸ਼ਨਸ ਨੂੰ ਗੈਰ ਕਾਨੂੰਨੀ ਕਰਾਰ ਦੇਣਾ ਇੱਕ ਬਹੁਤ ਵੱਡੀ ਗੱਲ ਸਮਝੀ ਜਾ ਰਹੀ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।